ਗੁਰਦੁਆਰਾ ਸਾਹਿਬ ਦੇ ਵਿੱਚ ਔਰਗੈਨਿਕ ਲੰਗਰ ਹੋਣਾ ਚਾਹੀਦਾ। ਸੋ ਇਸ ਮੂਵਮੈਂਟ ਦਾ ਨਾਂ ਹੈ ਗੁਰਦੁਆਰਾ ਔਰਗੈਨਿਕ ਲੰਗਰ। ਮਕਸਦ ਇਹ ਹੈ ਕਿ ਗੁਰਦੁਆਰਿਆਂ ਦੇ ਵਿੱਚ ਜਿਹੜਾ ਲੰਗਰ ਹੈ ਉਹਨੂੰ ਹੈਲਦੀ ਬਣਾਉਣਾ ਚਾਹੀਦਾ ਹੈ, ਉਹਨੂੰ ਪੌਸ਼ਟਿਕ ਬਣਾਉਣਾ ਚਾਹੀਦਾ ਹੈ ਅਤੇ ਨੁਕਸਾਨ ਰਹਿਤ ਬਣਾਉਣਾ ਚਾਹੀਦਾ ਹੈ। ਜਿਹੜਾ ਇਸ ਵੇਲੇ ਲੰਗਰ ਵਰਤਾਇਆ ਜਾ ਰਿਹਾ ਉਹ ਕੈਮੀਕਲਸ ਪਾ ਪਾ ਕੇ ਜਿਹੜੀਆਂ ਸਬਜ਼ੀਆਂ, ਦਾਲ, ਮਸਾਲੇ ਜਾਂ ਜਿਹੜਾ ਕਣਕ, ਜਿਹੜਾ ਗੇਹੂੰ, ਜੋ ਵੀ ਅਸੀਂ ਵਰਤ ਰਹੇ ਹਾਂ ਉਹਦੇ ਵਿੱਚ, ਉਹਦੇ ਵਿੱਚ ਕੋਈ ਉਹਦੀ ਪਿਊਰਿਟੀ ਨਹੀਂ ਹੈ ਅਤੇ ਉਹ ਜਿਹੜੀ ਲੰਗਰ ਦੀ ਟ੍ਰੈਡੀਸ਼ਨ 'ਤੇ ਘੁੱਟ ਜਾਣ ਵਾਲੀ ਹੈ। ਜੀ ਅਸੀਂ ਪਿਛਲੇ 3 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੰਮ ਕਰ ਰਹੇ ਸੀਗੇ। ਅਸੀਂ ਉਹਨਾਂ ਨੂੰ ਇਸ ਗੱਲ ਦੇ ਵੱਲ ਥੋੜ੍ਹਾ ਜਿਹਾ ਨੱਚ ਕਰ ਰਹੇ ਸੀ, ਕੁਛ ਕਰ ਰਹੇ ਸੀਗੇ ਅਤੇ ਵਾਹਿਗੁਰੂ ਨੇ ਮਿਹਰ ਕੀਤੀ ਕਿ ਉਹਨਾਂ ਨੇ ਪਾਇਲਟ ਪ੍ਰੋਜੈਕਟ 2015 ਵਿੱਚ ਸ਼ੁਰੂ ਕੀਤਾ, 5 ਏਕੜ ਦੀ ਜ਼ਮੀਨ ਤੋਂ ਸ਼ੁਰੂ ਕੀਤਾ। ਹੁਣ ਇਸ ਵੇਲੇ 13 ਏਕੜ ਦੀ ਜ਼ਮੀਨ ਦੇ ਉੱਤੇ ਸ਼ਤਲਾਣੀ ਸਾਹਿਬ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਦਰਬਾਰ ਸਾਹਿਬ ਦੇ ਲੰਗਰ ਲਈ ਅਸੀਂ ਔਰਗੈਨਿਕ ਫਾਰਮਿੰਗ ਕੀਤੀ ਹੈ ਅਤੇ ਅਸੀਂ ਸਾਰਾ ਜਾ ਕੇ ਉੱਥੇ ਪੜ੍ਹ ਕੇ ਆਏ ਹਾਂ, ਸਟੱਡੀ ਕਰਕੇ ਆਏ ਹਾਂ। ਹਰ ਪੱਖੋਂ ਉਹ ਬੜਾ ਹੀ ਵਧੀਆ ਪ੍ਰੋਫਿਟੇਬਲ ਇਕਨੋਮਿਕ ਮਾਡਲ ਉਹਦੇ ਵਿੱਚ ਸਾਹਮਣੇ ਆਇਆ ਹੈ। ਸਾਰੀ ਦਸਤ ਦੇਣ ਦੇ ਬਾਵਜੂਦ ਉਹਨਾਂ ਨੂੰ ਕਈ ਲੱਖ ਰੁਪਈਆਂ ਦਾ ਸ਼੍ਰੋਮਣੀ ਕਮੇਟੀ ਨੂੰ ਫਾਇਦਾ ਹੋਇਆ। ਸੋ ਜੇ ਉਹ ਇੱਕ ਪਾਇਲਟ ਪ੍ਰੋਜੈਕਟ ਸਫਲ ਹੋਇਆ ਹੈ ਕਿ 13 ਏਕੜ ਦੀ ਜ਼ਮੀਨ ਦੇ ਵਿੱਚ ਬਹੁਤਾਤ ਜਿਹੜੇ ਮਸਾਲੇ, ਦਾਲ, ਸਬਜ਼ੀਆਂ ਉੱਥੋਂ ਆ ਰਹੀਆਂ ਨੇ, ਅਤੇ ਜਸਟ ਇਮੈਜਿਨ ਕਰੋ ਕਿ ਜੇ ਸਾਰੇ ਗੁਰਦੁਆਰੇ ਇਸ ਪਾਸੇ ਤੁਰ ਪੈਂਦੇ ਨੇ, ਸਾਡੇ ਸਾਰੇ ਤਖ਼ਤ ਇਸ ਪਾਸੇ ਤੁਰ ਪੈਂਦੇ ਨੇ, ਅਤੇ ਅਨਇਮੈਜਿਨੇਬਲ ਜਿਹੜਾ ਹੈਗਾ ਇਹਦਾ ਫਾਇਦਾ ਧਰਤੀ ਨੂੰ ਵੀ ਪਹੁੰਚੂਗਾ, ਜਿਹੜੇ ਸ਼ਰਧਾਲੂਆਂ ਨੂੰ ਵੀ ਪਹੁੰਚੂਗਾ, ਗੁਰਦੁਆਰਾ ਸਾਹਿਬ ਨੂੰ ਪਹੁੰਚੂਗਾ, ਅਤੇ ਜਿਹੜੇ ਕਿਸਾਨ ਨੇ ਜਿਹੜੇ ਮਰ ਰਹੇ ਨੇ ਕਰਜ਼ੇ ਥੱਲੇ ਅਤੇ ਉਹ ਆਪ ਵੀ ਇਸ ਜ਼ਹਿਰ ਦਾ ਸ਼ਿਕਾਰ ਹੋ ਰਹੇ ਨੇ, ਉਹਨਾਂ ਦੇ ਪਰਿਵਾਰ ਸ਼ਿਕਾਰ ਹੋ ਰਹੇ ਨੇ, ਪੰਜਾਬ ਦੇ ਸਾਰੇ ਨੌਜਵਾਨ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਨੁਕਸਾਨ ਰੋਕਿਆ ਜਾ ਸਕਦਾ। ਮੈਂ ਸਮਝਣਾ ਇੱਕ ਘਰ ਦੇ ਵਿੱਚ ਅਗਰ 6 ਜੀਅ ਨੇ ਅਤੇ 4-4 ਮੈਂਬਰ ਜਿਹੜੇ ਨੇ ਕੈਂਸਰ ਦਾ ਸ਼ਿਕਾਰ ਨੇ, ਦੇਖੋ ਜੀ ਕੋਈ ਵੀ ਲਹਿਰ ਇਹ ਚੰਗਾ ਕੰਮ ਜਿਹੜਾ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੁੰਦਾ ਅਤੇ ਇਹਨਾਂ ਦਾ ਜਿਹੜਾ ਮਿਸ਼ਨ ਹੈ ਮੈਨੂੰ ਬੜਾ ਵਧੀਆ ਇਸ ਕਰਕੇ ਲੱਗਿਆ ਕਿਉਂਕਿ ਇਹਨਾਂ ਦਾ ਜਿਵੇਂ ਇੱਕ ਸਿੱਖਾਂ ਦੇ ਵਿੱਚ ਭਾਈ ਦਿਸ ਸਿੰਘ ਜੀ ਨੇ ਲਹਿਰ ਚਾਲੂ ਸ਼ੁਰੂ ਕੀਤੀ ਸੀ, ਸਿੰਘ ਸਭਾ ਲਹਿਰ, ਉਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਚੱਲੀ ਔਰ ਇਹਨਾਂ ਦਾ ਜਿਹੜਾ ਮਿਸ਼ਨ ਹੈ ਇਹਨਾਂ ਨੇ ਜਿਹੜੀ ਇਹ ਸੁਧਾਰ ਲਹਿਰ ਚਲਾਈ ਹੈ ਔਰਗੈਨਿਕ ਜਿਹੜੀ ਹੈ ਉਹ ਮੈਂ ਇਸ ਕਰਕੇ ਇਹਨਾਂ ਤੋਂ ਬੜਾ ਇੰਪ੍ਰੈਸ ਹਾਂ ਕਿਉਂਕਿ ਇਹਦੀ ਲੋੜ ਹੈ ਅੱਜ ਦੀ ਜਿਹੜੀ ਵਕਤ ਦੇ ਵਾਸਤੇ, ਕਿਉਂਕਿ ਜਿਹੜਾ ਹੈਗਾ ਸਾਡੀ ਜਿਹੜੀ ਜਵਾਨੀ ਬਰਬਾਦ ਹੋ ਰਹੀ ਹੈ, ਬੱਚੇ ਨਪੁੰਸਕ ਪੈਦਾ ਹੋ ਰਹੇ ਨੇ ਕਿਉਂਕਿ ਉਹ ਜਿਹੜਾ ਖਾਣ ਪੀਣ ਦੇ ਵਿੱਚ ਮਿਲਾਵਟ ਹੈ ਉਹ ਸ਼ੁੱਧ ਨਹੀਂ ਹੈਗਾ। ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਵੀ ਆਇਆ ਕਿ ਮਾਤਾ ਖੀਵੀ ਲੰਗਰ ਦੇ ਵਿੱਚ ਘਿਓ ਵਾਲੀ ਜਿਹੜੀ ਖੀਰ ਹੈ ਉਹ ਵਰਤਾਉਂਦੇ ਸੀਗੇ, ਉਹਨਾਂ ਦਾ ਮਕਸਦ ਇਹੀ ਸੀਗਾ ਕਿ ਜਿਹੜਾ ਗਰੀਬ ਸਿੱਖ ਉੱਥੇ ਆਵੇ ਜਾਂ ਗਰੀਬ ਸ਼ਰਧਾਲੂ ਆਵੇ ਉਹਦੇ ਸਰੀਰ ਨੂੰ ਵੀ ਜਿਹੜੀ ਚੰਗੀ ਉਹਨੂੰ ਰਿਸ਼ਟ ਪੁਸ਼ਟ ਬਣਨ ਲਈ ਨਿਊਟ੍ਰੀਸ਼ੀਅਸ ਫੂਡ ਮਿਲੇ ਅਤੇ ਉਹਨੂੰ ਗਲਵੱਕੜੀ 'ਚ ਵੀ ਲੈਣਾ। ਇਹ ਦੋਹੇ ਕੰਮ ਤਾਂ ਗੁਰਦੁਆਰੇ ਦੇ ਸਾਡੇ ਆਪਣੇ ਗੁਰਦੁਆਰਾ ਸਾਹਿਬ ਵਾਸ਼ਿੰਗਟਨ ਡੀਸੀ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸਟੈਪ ਚੁੱਕਿਆ ਕਿ ਸਟੀਲ ਪਲੇਟਾਂ ਯੂਜ਼ ਕਰਨੀਆਂ ਸ਼ੁਰੂ ਕੀਤੀਆਂ। ਫਿਰ ਅਸੀਂ ਭਾਂਡੇ ਵਰਤਦੇ ਸੀਗੇ ਜਿਹਦੇ ਵਿੱਚ ਉਹ ਪਾਣੀ ਵਰਤਿਆ ਜਾਂਦਾ ਸੀ, ਅਸੀਂ ਮਸ਼ੀਨ ਖਰੀਦੀ ਤਾਂ ਕਿ ਪਾਣੀ ਦੀ ਵੇਸਟੇਜ ਨਾ ਹੋਵੇ। ਅਸੀਂ ਹੁਣ ਜਿਹੜੇ ਨੈਕਸਟ ਸਟੈਪਸ ਨੇ ਉਹ ਔਰਗੈਨਿਕ ਵਾਲੇ ਪਾਸੇ ਤੋਂ। ਇੱਥੇ 18 ਕੇਸਿਸ ਆਫ ਕੈਂਸਰ ਆਰ ਬੀਂਗ ਰਜਿਸਟਰਡ ਐਵਰੀ ਡੇ। ਇਹ ਰੇਸ਼ੀਓ ਤੁਹਾਨੂੰ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲੇਗੀ। ਜਿਸ ਤੇਜ਼ੀ ਦੇ ਨਾਲ ਪੰਜਾਬ ਦੇ ਲੋਕ ਜ਼ਹਿਰ ਨੂੰ ਖਾ ਰਹੇ ਨੇ ਔਰ ਜ਼ਹਿਰ ਦਾ ਜੋ ਨੁਕਸਾਨ ਹੋ ਰਿਹਾ, ਇਸ ਕਰਕੇ ਪੰਜਾਬ ਸਾਡਾ ਬੇਸ ਹੈ ਜੀ, ਸਿੱਖੀ ਦਾ ਬੇਸ ਹੈ, ਇੱਥੇ 80% ਆਫ ਸਿੱਖ ਰਹਿ ਰਿਹਾ, ਤਾਂ ਉਹ ਇਸ ਜ਼ਹਿਰ ਦਾ ਸ਼ਿਕਾਰ ਹੋ ਰਿਹਾ। ਸੋ ਸਭ ਤੋਂ ਇੰਪੋਰਟੈਂਟ ਸੀਗਾ ਕਿ ਜਿਹੜਾ ਸਿੱਖੀ ਦਾ ਧੁਰਾ ਦਰਬਾਰ ਸਾਹਿਬ ਉੱਥੋਂ ਇਹ ਮੂਵਮੈਂਟ ਸ਼ੁਰੂ ਹੋਵੇ ਅਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਨੂੰ ਬਚਾਉਣ ਦਾ ਹੋਰ ਕੋਈ ਤਰੀਕਾ ਨਹੀਂ ਕਿ ਇੱਥੇ ਹੈਲਥ ਜਿਹੜੀ ਪ੍ਰਮੋਸ਼ਨ ਲਈ ਜਿਹੜਾ ਫੂਡ ਪ੍ਰੋਡਕਸ਼ਨ ਹੈ ਅਤੇ ਫੂਡ ਕੰਜ਼ਮਪਸ਼ਨ ਹੈ ਉਹਨੂੰ ਹੈਲਦੀ ਬਣਾਏ।